ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਆਪਾਂ ਗੁੰਮ ਲੈਸ ਦੁਪੱਟੇ ਦੀ ਲਗਾ ਰਹੇ ਹਾਂ। ਇਹ ਆਪਾਂ ਲੈਸ ਨੂੰ ਜਿਵੇਂ ਗੁੰਮ ਤਰੀਕੇ ਨਾਲ ਲਾਉਣਾ। ਇਹ ਕਈ ਵਾਰ ਨੁੱਕਰ ਮੋੜਨ ਤੋਂ ਬਹੁਤ ਪ੍ਰੋਬਲਮ ਹੁੰਦੀ ਆ ਮੇਰੀਆਂ ਭੈਣਾਂ ਨੂੰ। ਉਹ ਕਹਿੰਦੀਆਂ ਕਿ ਇੱਥੇ ਆ ਕੇ ਵੀ ਕਿਵੇਂ ਕਰਨਾ ਸਾਨੂੰ ਸਮਝ ਨਹੀਂ ਆਉਂਦੀ। ਇਹਦੇ 'ਚ ਮੈਂ ਤੁਹਾਨੂੰ ਦੱਸਿਆ, ਛੋਟਾ ਜਿਹਾ ਵਲ ਪਾ ਲੈਣਾ ਵਾ, ਨਿੱਕਾ ਜਿਹਾ ਵਲ ਪਾਵਾਂਗੇ ਜਿਹੜਾ ਕਿ ਬਾਹਰ ਨੂੰ ਫਿਰ ਵਧੀਆ ਹੋਲਡ ਹੋ ਜਾਂਦੀ ਹੈ। ਹਾਂਜੀ, ਇਸ ਤਰੀਕੇ ਨਾਲ ਆਪਾਂ ਇਹਨੂੰ ਫੋਲਡ ਕਰਾਂਗੇ। ਇਹਦੀ ਸਪੇਸ ਇੱਕੋ ਇੱਕੋ ਜਿਹੀ ਰੱਖਣੀ ਹੁੰਦੀ ਹੈ, ਇਕੁਅਲੀ ਹੋਵੇ। ਜਿਵੇਂ ਲੈਸ ਵੀ ਬਾਹਰ ਇੱਕੋ ਜਿਹੀ ਦਿਸਣੀ ਚਾਹੀਦੀ ਹੈ, ਫਿਰ ਜਿਹੜਾ ਕੱਪੜਾ ਬਾਹਰਲੀ ਸਾਈਡ ਹੈ ਉਹ ਵੀ ਇੱਕੋ ਜਿਹਾ। ਜਿਹੜੀ ਆਪਾਂ ਡਬਲ ਸਿਲਾਈ ਲਾਵਾਂਗੇ ਫਿਰ ਉਹ ਸੇਮ ਸੇਮ ਹੋਣੀ ਚਾਹੀਦੀ ਹੈ। ਇਹ ਨਹੀਂ ਹੈਗੇ ਵੀ ਕਿਤੇ ਘੱਟ ਆ ਜਾਏ ਕਿਤੇ ਵੱਧ ਆ ਜਾਏ, ਤਾਂ ਕਰਕੇ ਇੱਕੋ ਜਿਹੀ ਆਪਾਂ ਨੂੰ ਸਿਲਾਈ ਮਾਰਨੀ ਚਾਹੀਦੀ ਹੈ। ਇਹ ਆਪਾਂ ਦੁਪੱਟੇ ਜਦੋਂ ਲੈਸ ਲਾਉਂਦੇ ਹਾਂ, ਕਈ ਵਾਰ ਆਪਾਂ ਬਾਹਰਲੀ ਸਾਈਡ ਸਿਲਾਈ ਵੀ ਲਾ ਸਕਦੇ ਹਾਂ ਅਤੇ ਤਰਪਾਈ ਵੀ ਕਰ ਸਕਦੇ ਹਾਂ। ਇਹ ਦੋਨੇ ਤਰੀਕੇ ਨਾਲ ਹੀ ਆਪਾਂ ਲੈਸ ਲਾ ਲੈਂਦੇ ਹਾਂ। ਕਈ ਲੋਕਾਂ ਨੂੰ ਜਿਵੇਂ ਸਿਲਾਈ ਉੱਪਰਲੀ ਪਸੰਦ ਨਹੀਂ ਹੁੰਦੀ ਗੀ, ਫਿਰ ਉਹ ਤਰਪਾਈ ਕਰਵਾ ਲੈਂਦੇ ਸਾਰੀ। ਜਿਵੇਂ ਕਿ ਆਪਾਂ ਸੂਟਾਂ ਦੇ ਉੱਪਰ ਲੈਸ ਲਾ ਕੇ ਪਾਈਪਿੰਗ ਕੱਢੀ ਦੀ ਆ, ਬਾਹਰਲੀ ਸਾਈਡ ਜਿਵੇਂ ਤਰਪਾਈ ਕਰੀ ਦੀ ਆ, ਉਵੇਂ ਇਹ ਆਪਾਂ ਤਰਪਾਈ ਕਰ ਲੈਂਦੇ ਹਾਂ ਸਾਰੇ ਦੁਪੱਟੇ 'ਤੇ। ਜਿਹੜਾ ਕੋਈ ਕਹੇ ਮਤਲਬ ਕਿ ਸਾਨੂੰ ਨਹੀਂ ਕੋਈ ਪ੍ਰੋਬਲਮ ਹੈਗੀ, ਉਹਦੇ ਆਪਾਂ ਸਿਲਾਈ ਵੀ ਲਾ ਸਕਦੇ ਹਾਂ। ਇਹ ਆਪਾਂ ਪ੍ਰਿੰਟਡ ਸੂਟ ਨਾਲ ਦੁਪੱਟਾ ਰੈਡੀ ਕਰ ਰਹੇ ਹਾਂ। ਪ੍ਰਿੰਟਡ ਸੂਟ 'ਤੇ ਵੀ ਆਪਾਂ ਇਹਦੇ ਨਾਲ ਦੀ ਲੈਸ ਲਾਈ ਆ, ਨਾਲ ਦੀ ਵੀ ਆਪਾਂ ਲੈਸ ਦੁਪੱਟੇ 'ਤੇ ਲਾਈ ਆ। ਜੇ ਜਿਵੇਂ ਗਰਮੀਆਂ ਵਾਲੇ ਸੂਟ ਆਪਾਂ ਰੈਡੀ ਕਰਦੇ ਹਾਂ, ਉਹ ਫਿਰ ਦੁਪੱਟੇ ਪਲੇਨ ਸੋਹਣੇ ਨਹੀਂ ਲੱਗਦੇ ਜੀ। ਉਹਦੇ ਨਾਲ ਆਪਾਂ ਦੁਪੱਟਾ ਰੈਡੀ ਕੀਤਾ ਵਾ। ਜਿਹੜਾ ਉੱਪਰਲੀ ਸਾਈਡ ਆਪਾਂ ਰੱਖਣੀ ਹੈ, ਇਹ ਥੋੜ੍ਹਾ ਥੋੜ੍ਹਾ ਢਿੱਲਾ ਰੱਖ ਕੇ ਰੱਖਣਾ ਹੁੰਦਾ। ਜੇ ਖਿੱਚ ਕੇ ਰੱਖਾਂਗੇ ਤਾਂ ਇਹਦੇ ਵਿੱਚ ਵਲ ਪੈਣ ਲੱਗ ਜਾਂਦਾ। ਇਹ ਆਪਾਂ ਉੱਪਰਲੀ ਸਿਲਾਈ ਲਾਵਾਂਗੇ। ਉੱਪਰਲੀ ਸਿਲਾਈ ਆਪਾਂ ਸਿੱਧੇ ਪਾਸੋਂ ਹੀ ਲਾਉਣੀ ਹੈ। ਸਿੱਧੇ ਪਾਸੇ ਆਪਾਂ ਨੂੰ ਫਿਨਿਸ਼ਿੰਗ ਆਉਂਦੀ ਹੈ, ਜਿਵੇਂ ਆਪਾਂ ਨੂੰ ਪਤਾ ਲੱਗ ਜਾਂਦਾ ਕੋਈ ਵਾਲ ਤਾਂ ਨਹੀਂ ਪੈਂਦਾ ਜਾਂ ਕਿਵੇਂ ਆ। ਨਾਲੇ ਸੇਮ ਸੇਮ ਸਿਲਾਈ ਲੱਗਦੀ ਹੈ, ਜਿੰਨੇ 'ਤੇ ਆਪਾਂ ਸਟਾਰਟ ਕਰਾਂਗੇ ਉਨੇ 'ਤੇ ਫਿਰ ਆਪਾਂ ਸਾਰੇ ਕਿਤੇ ਲਾਈ ਦੀ ਹੈ। ਇਹ ਹੁਣ ਆਪਾਂ ਪੈਚ ਲਗਾਉਣੇ ਆ ਦੁਪੱਟੇ ਦੇ ਉੱਪਰ। ਇਹ ਸੂਟ ਦੇ ਨਾਲ ਦੇ ਪੈਚ ਆ, ਕਮੀਜ਼ ਨਾਲ ਦੇ। ਇਹਨੂੰ ਆਪਾਂ ਚੌਰਸ ਪੀਸ ਕੱਟ ਕਰ ਲਿਆ ਸੇਮ ਸੇਮ ਸਕੇਅਰ ਸ਼ੇਪ ਦੇ। ਫਿਰ ਇਹਦੇ ਨੀਚੇ ਆਪਾਂ ਪੇਸਟਿੰਗ ਲਗਾਈ ਹੈ। ਪੇਸਟਿੰਗ ਨਾਲ ਇਹ ਪੈਚ ਬਹੁਤ ਸਫਾਈ ਨਾਲ ਲੱਗ ਜਾਂਦੇ ਆ। ਜੇ ਆਪਾਂ ਉਵੇਂ ਹੀ ਕੱਪੜਾ ਲੈਂਦੇ ਹਾਂ ਤਾਂ ਵਲ ਪੈ ਜਾਂਦੇ ਆ। ਮੈਂ ਦੁਪੱਟੇ ਦੇ ਉੱਪਰ ਨਿਸ਼ਾਨ ਲਗਾ ਲਿਆ ਵਾ ਪਹਿਲਾਂ। ਨਿਸ਼ਾਨ ਲਗਾ ਕੇ ਫਿਰ ਉੱਪਰ ਰੱਖ ਕੇ ਇਹਨੂੰ ਪੈਚ ਨੂੰ ਆਪਾਂ ਐਡ ਕਰਾਂਗੇ। ਇਹ ਦੁਪੱਟੇ ਦੀਆਂ ਨੁੱਕਰਾਂ ਉੱਤੇ ਆਪਾਂ ਇਹ ਵਾਲੇ ਪੈਚ ਲਗਾਏ ਆ ਸੂਟ ਦੇ ਨਾਲ ਦੇ। ਪ੍ਰਿੰਟਡ ਸੂਟਾਂ ਨਾਲ ਆਪਾਂ ਬਹੁਤ ਤਰ੍ਹਾਂ ਨਾਲ ਦੁਪੱਟੇ ਰੈਡੀ ਕਰ ਸਕਦੇ ਹਾਂ। ਆਪਾਂ ਬਾਹਰਲੀ ਸਾਈਡ ਵੀ ਕੱਪੜਾ ਪ੍ਰਿੰਟਡ ਸੂਟ ਦੇ ਨਾਲ ਦਾ ਅਟੈਚ ਕਰ ਲਈਦਾ ਲੈਸ ਦੀ ਜਗ੍ਹਾ 'ਤੇ।
ਇਹ ਆਪਾਂ ਚੌਰਸ ਪੀਸ, ਇਹਨੂੰ ਆਪਾਂ ਥੋੜ੍ਹਾ ਸਫਾਈ ਨਾਲ ਹੀ ਲਾਉਣਾ ਵਾ। ਵੈਸੇ ਤਾਂ ਆਪਾਂ ਪੇਸਟਿੰਗ ਲਾ ਲਈ ਆ, ਉਹਦੇ ਕਰਕੇ ਤਾਂ ਆਪਣੇ ਆਪ ਹੀ ਸਫਾਈ ਹੁੰਦੀ ਹੈ। ਜੇ ਪੇਸਟਿੰਗ ਨਾ ਲਾਈਏ ਫਿਰ ਉਹਦੇ 'ਚ ਵਲ ਪੈ ਜਾਂਦੇ ਆ ਇਹ। ਪਰ ਥੱਲੋਂ ਧਿਆਨ ਦੇਣਾ ਹੁੰਦਾ ਵੀ ਇਹ ਨਾ ਹੋਵੇ ਕਿ ਦੁਪੱਟੇ ਵਿੱਚ ਵਲ ਹੋਵੇ। ਇਹ ਆਪਾਂ ਚਾਰੋਂ ਪਾਸੇ ਸਿਲਾਈਆਂ ਲਾ ਲਈਆਂ ਨੁੱਕਰਾਂ ਕੱਢ ਕੇ, ਕਿ ਹੁਣ ਆਪਣਾ ਪੈਚ ਲੱਗ ਚੁੱਕਿਆ ਵਾ। ਇਵੇਂ ਆਪਾਂ ਦੂਸਰੀ ਸਾਈਡ ਲਾਵਾਂਗੇ। ਇਹ ਆਪਾਂ ਚਾਰਾਂ ਨੁੱਕਰਾਂ 'ਤੇ ਹੀ ਲਾਉਣੇ ਹਾਂ। ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਦੁਪੱਟਾ ਰੈਡੀ ਕਰਨ ਵਾਸਤੇ ਮੇਰੇ ਤੋਂ ਪੁੱਛਣਾ ਹੋਵੇ ਕਮੈਂਟ ਜ਼ਰੂਰ ਦੱਸੋ, ਮੈਂ ਤੁਹਾਨੂੰ ਨਾਲ ਦੀ ਨਾਲ ਵੀਡੀਓ ਬਣਾ ਕੇ ਰੈਡੀ ਕਰਕੇ ਫਿਰ ਮਤਲਬ ਕਿ ਦੱਸੂੰਗੀ ਵੀ ਕਿਵੇਂ ਕਿਵੇਂ ਬਣਦੇ ਆ ਦੁਪੱਟੇ। ਹਾਂਜੀ, ਇਹ ਆਪਣੇ ਪੈਚ ਰੈਡੀ ਹੋ ਗਏ। ਹੁਣ ਆਪਾਂ ਪੈਚ ਲਗਾ ਕੇ ਉੱਪਰ ਦੀ, ਮੈਂ ਜੋ ਕਿ ਆਪਾਂ ਸਾਈਡਾਂ 'ਤੇ ਲੈਸ ਲਗਾਈ ਸੀਗੀ ਉਹ ਮੈਂ ਲੈਸ ਪੈਚ ਦੇ ਉੱਪਰ ਲਗਾ ਰਹੀ ਹਾਂ, ਜਿਹਦੇ ਨਾਲ ਕਿ ਪੈਚ ਬਹੁਤ ਸੋਹਣੇ ਲੱਗਣ ਲੱਗ ਜਾਣਗੇ। ਉਵੇਂ ਬਿਲਕੁਲ ਕੱਪੜਾ ਜਿਹਾ ਲੱਗਦਾ ਵਾ, ਹੈ ਨਾ, ਇਕੱਲਾ ਲੱਗਾ ਹੋਇਆ। ਜੇ ਨਾਲ ਆਪਾਂ ਲੈਸ ਐਡ ਕਰਾਂਗੇ ਤਾਂ ਫਿਰ ਇਹਦੀ ਥੋੜ੍ਹੀ ਜਿਹੀ ਗ੍ਰੇਸ ਬਣ ਜੂਗੀ, ਸਟਾਈਲਿਸ਼ ਜਿਹਾ ਲੱਗ ਰਿਹਾ ਵਾ। ਇਹਦੀਆਂ ਨੁੱਕਰਾਂ ਤੁਸੀਂ ਧਿਆਨ ਨਾਲ ਦੇਖਣਾ ਕਿ ਮੈਂ ਕਿਸ ਤਰੀਕੇ ਨਾਲ ਕੱਢ ਰਹੀ ਹਾਂ। ਲੈਸ ਦੀ ਜਦੋਂ ਆਪਾਂ ਨੁੱਕਰ ਕੱਢਣੀ ਆ ਬਸ ਇਹੀ ਸਫਾਈ ਜ਼ਿਆਦਾ ਦਿਖਣੀ ਚਾਹੀਦੀ ਹੁੰਦੀ ਹੈ, ਨੁੱਕਰਾਂ ਸੋਹਣੇ ਤਰੀਕੇ ਨਾਲ ਨਿਕਲੀਆਂ ਹੋਣੀਆਂ ਚਾਹੀਦੀਆਂ ਲੈਸ ਦੀਆਂ। ਇੱਥੋਂ ਆਪਾਂ ਲੈਸ ਲਗਾਉਣ ਲੱਗੇ, ਇਹਨੂੰ ਫੋਲਡ ਕਰਕੇ ਇਹਦੀ ਅੰਡਰਗਰਾਊਂਡ ਵਾਲੀ ਸਿਲਾਈ ਲਗਾ ਲੈਣੀ ਹੈ, ਨੁੱਕਰ ਬਣਾ ਕੇ। ਇਹਦੇ ਉੱਪਰ ਸਿਲਾਈ ਨਹੀਂ ਫਿਰ ਆਉਂਦੀ ਗੀ, ਉਸ ਤਰੀਕੇ ਨਾਲ ਉਹਦੀ ਨੁੱਕਰ ਨਿਕਲ ਆਉਂਦੀ ਹੈ, ਕੋਰਨਰ ਹੋ ਜਾਂਦੇ ਆ। ਹਾਂਜੀ, ਤੁਹਾਨੂੰ ਸਮਝ ਆ ਗਈ ਹੋਊਗੀ ਕਿ ਮੈਂ ਇਹ ਕਿਵੇਂ ਮਤਲਬ ਕਿ ਨੁੱਕਰਾਂ 'ਤੇ ਲੈਸਾਂ ਲਗਾਈਆਂ ਹੈਗੀਆਂ। ਇਹ ਹੁਣ ਆਪਣਾ ਦੁਪੱਟਾ ਰੈਡੀ ਹੋ ਚੁੱਕਿਆ। ਇਹ ਆਪਾਂ ਦੁਪੱਟੇ 'ਤੇ ਲੈਸ ਲੱਗ ਗਈ ਹੈ ਨਾ ਸਾਰੀ। ਮੈਂ ਇਹ ਜਿੰਨੇ ਕਲਰ ਸੂਟ 'ਚ ਸੀਗੇ ਉਨੇ ਕਲਰ 'ਤੇ ਵੀ ਲੈਸ ਲਿਆ ਕੇ ਲਾਈ ਆ। ਹਾਂਜੀ, ਇਹ ਆਪਾਂ ਸੂਟ ਨਾਲ ਦਾ ਕੱਪੜਾ ਅਟੈਚ ਕਰ ਲਿਆ, ਜਿਹਦੇ ਨਾਲ ਕਿ ਬਹੁਤ ਜ਼ਿਆਦਾ ਗ੍ਰੇਸਫੁਲ ਦੁਪੱਟਾ ਰੈਡੀ ਹੋ ਗਿਆ। ਥੈਂਕ ਯੂ।